भी मोगा शहर दे भाग जाग गए ने। क्यों? इस करके कि मोगे की पहचान की हुंदा दुनिया दे विच किसे बच्चे का जन्म हुंदा वो ऐसा ऐसे पैर लेके आउंदा भी उहदे मां बाप का उहदे नगर का उहदे सूबे का उहदे देश का नाम मिल जांदा। तो सोनू सूद जी तो मैनू मैं यही गल कहांगा भी उन्होंने बंबई जाके जो अपना नाम पैदा किया। की हाल है भरा, की गल, इना उदास क्यों है? 10 साल हो गए कम करदे नूं पर हले तक नौकरी पक्की नहीं हुई। ओ इस बार भाजपा गठबंधन नूं वोट पाओ, थोड़ी सारयां दी नौकरी पक्की हो जानी है। भाजपा गठबंधन नूं जे भाजपा आऊगी सारे सफाई कर्मचारियों की नौकरी जमा ही पक्की हो जानी है। ओए उन्हां दा इरादा है। सच? हाँ फिर तां मेरी वोट भी बीजेपी गठबंधन नूं पक्की सर। भाजपा दे ਚੰਨੀ ਸਾਹਿਬ ਦਾ ਮੇਰੇ ਨੂੰ ਯਾਦ ਹੈ ਜਦੋਂ ਮੇਰੀ ਪਹਿਲੀ ਵਾਰ ਇਹਨਾਂ ਨਾਲ ਮੁਲਾਕਾਤ ਹੋਈ ਸੀ ਤੇ ਅਸੀਂ ਰੋਟੀ ਦਾਲ ਤੇ ਪਨੀਰ ਖਾ ਰਹੇ ਸੀ। ਮੈਂ ਕਿਹਾ ਇਹਨਾਂ ਦਾਲ ਪਨੀਰ ਖਾਣ ਦਾ ਕਦੀ ਮਜ਼ਾ ਨਹੀਂ ਆਇਆ ਜਿੰਨਾ ਹੁਣ ਹੈ, ਬਿਕੋਜ਼ ਹੀ ਸੱਚ ਅ ਗਰਾਊਂਡਡ ਮੈਨ, ਬਹੁਤ ਅੱਛਾ ਲੱਗਦਾ ਮੈਨੂੰ, ਐਂ ਲੱਗਦਾ ਕਿ ਮੇਰੇ ਭਰਾ ਨੇ। ਔਰ ਜਦੋਂ ਵੀ ਉਸ ਤੋਂ ਬਾਅਦ ਮੁਲਾਕਾਤ ਹੁੰਦੀ ਰਹੀ ਜਿਹੜਾ ਰਿਸ਼ਤਾ ਹੋਰ ਗੂੜਾ ਹੁੰਦਾ ਗਿਆ। ਮੈਨੂੰ ਇੱਕ ਐਸਾ ਪੋਲੀਟੀਸ਼ੀਅਨ ਮਿਲਿਆ ਜਿਹਨੂੰ ਪੋਲੀਟਿਕਸ ਕਰਨੀ ਨਹੀਂ ਆਉਂਦੀ, ਉਹ ਸਿਰਫ ਦਿਲ ਤੋਂ ਗੱਲ ਕਰਦਾ। ਆਈ ਥਿੰਕ ਚੰਨੀ ਸਾਹਿਬ ਯੂ ਆਰ ਅ ਗ੍ਰੇਟ ਮੈਨ, ਹਮੇਸ਼ਾ ਭਾਈ ਖੁਸ਼ ਰਹੋ ਤੁਸੀਂ। ਔਰ ਜਦੋਂ ਮੇਰੀ ਭੈਣ ਨੇ ਡਿਸਾਈਡ ਕੀਤਾ ਕਿ ਕਿੱਧਰ ਜ਼ਿੰਦਗੀ ਦੀ ਜਿਹੜੀ ਡੋਰ ਹੈ ਬੜਾ ਇੰਪੋਰਟੈਂਟ ਸਟੈਪ ਸ਼ੁਰੂ ਹੈ, ਕਿੱਥੋਂ ਜਾ ਰਿਹਾ ਹੈ, ਮੈਂ ਹਮੇਸ਼ਾ ਕਹਿੰਦਾ ਹੁੰਦਾ ਹੈ ਬਹੁਤ ਕਮਾਲ ਕਰਦਾ ਰਹੇ, ਪੰਜਾਬ ਪ੍ਰੋਸਪਰ ਕਰੇ। ਫੀਲ ਕਿ ਮੇਰੀ ਜਿਹੜੀ ਭੈਣ ਹੈ ਉਹ ਅੱਜ ਇੱਕ ਚੰਗੇ ਪਰਿਵਾਰ ਦਾ ਹਿੱਸਾ ਬਣੀ ਹੈ। ਥੈਂਕ ਯੂ ਸੋ ਮਚ, ਧੰਨਵਾਦ ਜੀ ਗੋਡ। ਤੁਹਾਡੀ ਆਉਣ ਵਾਲੀ ਸੋਚ ਇਸ ਤੋਂ ਝਲਕ ਰਹੀ ਹੈ ਔਰ ਮੈਂ ਸਾਫ ਦੇਖ ਸਕਦਾ ਕਿ ਤੁਹਾਡੀ ਆਉਣ ਵਾਲੀ MLA ਮਾਲਵਿਕਾ ਸੋਦ ਹੋਏਗੀ। ਲੇਕਿਨ ਮੈਂ ਇਸ ਤੋਂ ਅੱਗੇ ਗੱਲ ਕਰਨੀ ਹੈ, ਜੇ ਅਕਾਲੀ ਦਲ ਵਾਲੇ ਨੂੰ ਪਾਉਂਦੇ ਹੋ ਤਾਂ MLA ਬਣਾਓਗੇ ਆਪਣਾ, ਲੇਕਿਨ ਜੇ ਮੈਨੂੰ ਪਾਉਂਦੇ ਹੋ ਤਾਂ ਮੁੱਖ ਮੰਤਰੀ ਨੂੰ ਵੋਟ ਪੈਣੀ। ਸੋ ਮੈਂ ਤੁਹਾਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੁਸੀਂ ਅਕਾਲੀਆਂ ਨੂੰ ਵੋਟ ਪਾਈ ਤਾਂ MLA ਚੁਣੋਗੇ, ਜੇ ਆਮ ਆਦਮੀ ਨੂੰ ਪਾਈ ਤਾਂ MLA ਚੁਣੋਗੇ ਮੋਗੇ ਵਾਸਤੇ, ਲੇਕਿਨ ਜੇ ਮਾਲਵਿਕਾ ਸੋਦ ਨੂੰ ਪਾਈ ਤਾਂ ਕੈਬਨਿਟ ਮੰਤਰੀ ਚੁਣੋਗੇ। ਕੀ ਹਾਲ ਆ ਭਰਾਵਾ? ਬਈ ਮੈਂ ਸੁਣਿਆ ਕਿ ਤੁਸੀਂ ਪੰਜਾਬ ਛੱਡ ਕੇ ਆਪਦੀ ਇੰਡਸਟਰੀ UP ਲੈ ਕੇ ਚੱਲਿਓ। ਕੁਛ ਨਹੀਂ ਹੋਇਆ ਭਰਾਵਾ, ਇੱਥੇ ਇੰਡਸਟਰੀ ਦੀ ਹਾਲਤ ਤੈਨੂੰ ਪਤਾ ਹੀ, ਸਰਕਾਰ ਕੋਈ ਮਦਦ ਨਹੀਂ ਕਰਦੀ। ਤੁਸੀਂ ਸੁਣਿਆ ਨਹੀਂ, ਬੀਜੇਪੀ ਗਠਬੰਧਨ ਨੇ ਘੋਸ਼ਣਾ ਕੀਤੀ ਹੈ ਕਿ ਜਦੋਂ ਉਹਨਾਂ ਦੀ ਸਰਕਾਰ ਆਈ ਪੰਜਾਬ ਦੇ ਵਿੱਚ ਵੱਖ ਵੱਖ ਆਰਥਿਕ ਜ਼ੋਨ ਬਣਾਏ ਜਾਣਗੇ ਤੇ ਜਿਹੜਾ ਪੰਜਾਬ ਦਾ ਜ਼ਿਲ੍ਹਾ ਮੁਹਾਲੀ ਹੈ ਇਹਨੂੰ IT ਦਾ ਹੱਬ ਬਣਾਇਆ ਜਾਏਗਾ। ਮੈਂ ਕਿਹਾ ਪੰਜਾਬ 'ਚ ਲਹਿਰਾਂ ਵਹਿਰਾਂ ਹੋ ਜਾਣਗੀਆਂ। ਚੰਗਾ ਬਾਜ਼ਾਰ ਚੰਗਾ ਵਪਾਰ। ਲੇਕਿਨ ਇੰਨੀ ਹੋਣ ਹਰ ਕੁੜੀ ਜਿਹੜੇ ਨੂੰ ਸਾਰੀ ਲੋਕ ਪਿਆਰ ਕਰਦੇ ਹੋਣ, ਜਿਹੜੀ ਸਮਾਜ ਸੇਵੀ ਪਰਿਵਾਰ ਤੇ ਹੋਵੇ, ਜਿਨ੍ਹਾਂ ਦੀ ਸਮਾਜ ਸੇਵੀ ਤਾਂ ਸਾਰੀ ਦੁਨੀਆ ਜਾਣਦੀ ਹੋਵੇ, ਉਹ ਮੰਤਰੀ ਬਣ ਤੋਂ ਰਹਿ ਹੀ ਨਹੀਂ ਸਕਦੀ। ਔਰ ਸਾਨੂੰ ਅਜਿਹੇ ਮੰਤਰੀਆਂ ਦੀ ਲੋੜ ਹੈ। ਸੋ ਸੋਚ ਕੇ ਵੋਟ ਪਾਇਓ। ਹੁਣ ਕਲਮ ਵੀ ਤੁਹਾਨੂੰ ਦੇਤੀ ਅਸੀਂ, ਕਾਗਜ਼ ਵੀ ਤੁਹਾਡੇ ਕੋਲ ਹੈ। ਮੋਗੇ ਦਾ ਅੱਗੇ ਕਿਆ ਹੋਣਾ 5 ਸਾਲ ਜੇ ਤੁਸੀਂ ਲਿਖਣਾ। ਸੋਨੂੰ ਸੂਦ ਜੀ ਤੋਂ ਜੇ ਮੈਂ ਕਹਾਂ ਬਹੁਤ ਮੈਂ ਪ੍ਰਭਾਵਿਤ ਹੈ ਤਾਂ ਇਹ ਬੜੀ ਛੋਟੀ ਗੱਲ ਲੱਗਦੀ, ਕਿਉਂਕਿ ਸਾਰੀ ਦੁਨੀਆ ਹੀ ਪ੍ਰਭਾਵਿਤ ਹੈ। ਪੂਰੀ ਦੁਨੀਆ 'ਚ ਜੇ ਕਿਸੇ ਨੇ ਮੋਗੇ ਦਾ ਪੰਜਾਬ ਦਾ ਨਾਮ ਬਣਾਇਆ, ਪੰਜਾਬੀਅਤ ਦਾ ਨਾਮ ਬਣਾਇਆ ਤਾਂ ਉਹਨਾਂ ਵਿੱਚ ਸੋਨੂੰ ਸੂਦ ਦਾ ਮੇਨ ਨਾਮ ਹੈ। ਜਿਹਨੂੰ ਜ਼ਰੂਰਤ ਸੀ ਉਹਨੂੰ ਜਹਾਜ਼ਾਂ ਪਰ ਵੀ ਸੋਨੂੰ ਸੂਦ ਨੇ ਢੋਇਆ। ਸੋਨੂੰ ਸੂਦ ਦੀ ਸੋਚ ਨੂੰ ਜੇ ਮੈਂ ਇੱਕ ਸ਼ੇਰ ਚ ਬਿਆਨ ਕਰਾਂ ਤਾਂ ਇਹ ਹੈ ਕਿ ਅੰਧੇਰੋ ਆਓ ਮੇਰੇ ਘਰ ਸੇ ਰੋਸ਼ਨੀ ਲੈ ਲੋ, ਅੰਧੇਰੋ ਆਓ
मेरे घर से रोशनी ले लो, चिराग बुझने लगेंगे तो दिल जला दूंगा। ऐसी सोच का नाम है सोनू सूद, जिन्हें दुनिया दे विच समाज सेवी बन के लोकां दे काम आके गरीब लोकां दे इलाज करा के कोरोना दे विच गरीब लोकां दा घर पहुंचा के अपना पूरी दुनिया दे विच नामना खटे है। और अपने आप नू बेच के भी कहिंदा जे मैं लोकां दा फायदा करदा तां मैं अपने आप नू बेचण नू तैयार है। एक मोगे की छोटी दुकान तो जाके बंबे दे विच एक मशहूर एक्टर बनना कोई छोटी गल नहीं है। और एक्टर भी बड़ा जबरदस्त है, पिक्चर तुसी देखी है, स्टेज ते तीन बंदे होंगे। जे इहदे नाल चले जाओ चन्नी नूं वल तो कोई देखदा ही नहीं, सोनू सूद दीआं फोटोआं सोनू सूद नाल लगदीआं। ये मोगे नूं माण मिलेगा जदों इह पंजाब दी बाजारत विच काम करके लोकां दे काम करेगा। तो बिना नौकरियां तो बिना गरीबी नहीं चक्की जा सकती। आटा दाल नाल गरीबां दी गरीबी नहीं चक्की जानी, आटा दाल भी देना ठीक है लेकिन पढ़ाई नाल ते रोजगार नाल चक्की जाएगी। इस करके अपनी सरकार बनी तां पढ़ाई फ्री करनी है, सरकारी कालजां यूनिवर्सिटियां च पढ़ाई फ्री होएगी, सरकारी स्कूलां च फ्री होएगी। ऐसी स्कॉलरशिप नु तगड़ा करांगे ते नाल बीसी वास्ते भी स्कॉलरशिप होएगा ते जेड़े जनरल कैटेगरी दे गरीब लोग है, मिडिल क्लास जनरल कैटेगरी दे लोग है, उन्हां वास्ते भी जनरल कैटेगरी स्कॉलरशिप स्कीम चला के उन्हां नु भी पढ़ा के फ्री पढ़ावांगे। ये जरूरत है, अपनी वेलफेयर स्टेट है। जब तक पढ़ाई नहीं आती गरीबी नहीं जा सकती, जब तक पढ़ाई नहीं आती सूबा तरक्की नहीं कर सकता। नाल नाल सेहत जरूरी है, सेहत सब तो बड़ी जरूरत है कि जे गरीब का गुर्दा खराब हो गया, गरीब का कोई ऑपरेशन होना है, मिडिल क्लास के किसी का ऑपरेशन होना है तो हस्पताल चले जाए, हस्पताल इलाज करके नौ वार नौ करके घर भेजे बिना पैसा। सेहत मेडिकल सहूलत फ्री करनी है, ये दो चीजा ते खास साड़ी आने वाली सरकार जेड़ी तुसी बनाओगे अपनी सरकार उदे विच सेहत ते सिक्ख्या ओ फ्री करके लोकां नूं राहत देनी है और क्वालिटी एजुकेशन देनी है जिदे नाल साडा नौजवान देश दे विच ते इंटरनेशनल पद्धर ते कंपीट कर सके।